वेलकम बैक टू माय YouTube चैनल। आई एम साइड मोमो बैक अगेन विद अ न्यू वीडियो। सो दोस्तों, आज की वीडियो बहुत ही अलग होने वाली है क्योंकि आज मैं रोस्ट वीडियो पे रिएक्ट करने जा रहा हूँ जो कि अमन ओजला का है। हाँ, तो अमन ओजला ने करीब 2 हफ्ते पहले सिद्धू मूसेवाला का टीबिया के पुत पे रिएक्शन किया था। तो चलिए देखते हैं वो कैसा किया हुआ है और इसमें क्या होगा। मैंने कभी भी इनकी वीडियो नहीं देखी, तो चलिए देखते हैं ये क्या है, रोस्ट क्या होता है, मतलब ये क्या करते हैं क्या है। तो चलिए विदाउट वेस्टिंग टाइम लेट्स गेट स्टार्टेड। दिस वीडियो इज ओनली फॉर हासा मजाक परपज। आई डू नॉट डू एनी काइंड ऑफ दखल अंदाजी इन एनी बडीज कम धंधा बिसाइड्स कॉमेडी एंड दिस वीडियो। देर इज़ अवेयरनेस मैसेज फॉर ऑल ऑफ यू। फिर भी इफ एनी कड़ाच बंदा जिन्हों है नहीं कोई कम धंधा गैट ओफेंडड बाय दिस वीडियो तो ओदा रब भला करे। हाए वीडियो। सो दोस्तों देखो, आपने स्टार्टिंग में देखा होगा, स्टार्टिंग में फनी वीडियोस, मतलब स्टार्टिंग में हंसा आने लग गया। और स्टार्टिंग में डिस्क्लेमर तो देखो सबसे अलग डाला हुआ है ना, क्या कमाल। चलिए आगे देखिए क्या होता है। ओके, मनु लगता कहते मनु ही ना बुखार चढ़ जाए। लियाओ जी अगला पेशेंट, जल्दी बुलाया करो। अच्छा अगला पेशेंट आओ भी। सिद्धू मूसे वाला। हाँ जी, की तकलीफ है जी तुहानू? हाउ 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 हाउ। ओ भरावा, उदां कहदे खंग लगी आ, एवें हो 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 करन दी लोड़ नहीं सी। मैनू ये दस हुण तैनू खंग जड़ी आ सुक्की लगी आ? सुक्की खंग लै हो गया फिर करोना। ओ भरावा, मैं तां तेरे नाल मजाक करदा सी, घबरा ना ਕਿਸੇ ਨੂੰ ਨਾ ਹੋਵੇ ਜਾਣ ਕੇ ਆਸਰੇ। ਹੁਣ ਆਪਾਂ ਤੇਰਾ ਕਰਦੇ ਆ ਚੈੱਕਅਪ ਤੇ ਮੁੰਡਿਆ ਮੈਨੂੰ ਇਹ ਦੱਸ ਤੂੰ ਕਿੱਥੋਂ ਆਇਆ? ਨਿਊਯਾਰਕ ਤੋਂ ਟੋਰਾਂਟੋ। ਹੈ ਨਿਊਯਾਰਕ ਤੋਂ ਟੋਰਾਂਟੋ, ਮਤਲਬ ਇੰਟਰਨੈਸ਼ਨਲ ਟ੍ਰੈਵਲ ਹਿਸਟਰੀ। ਓਕੇ, ਕਰੋਨਾ ਪੱਕਾ ਕਨਫਰਮ। ਇੱਕ ਤਾਂ ਭਰਾਵਾ ਤੂੰ ਡਰ ਨਾ ਜਾਣਾ, ਮੰਨਿਆ ਤੈਨੂੰ ਖਾਂਸੀ ਆ ਤੇ ਤੇਰੀ ਟਰੈਵਲ ਹਿਸਟਰੀ ਆ, ਇਹ ਮਤਲਬ ਨਹੀਂ ਤੈਨੂੰ ਕਰੋਨਾ ਕਨਫਰਮਡ ਆ। ਉਹਦੇ ਲਈ ਆਪਾਂ ਕਰਦੇ ਹਾਂ ਚੈੱਕਅਪ ਫਰਦਰ। ਮੈਨੂੰ ਇਹ ਦੱਸ, ਜਦੋਂ ਤੂੰ ਟਰੈਵਲ ਕਰ ਰਿਹਾ ਸੀ ਉਦੋਂ ਤੂੰ ਸੋਸ਼ਲ ਡਿਸਟੈਂਸ ਮੇਨਟੇਨ ਕੀਤਾ ਸੀ? ਆਈ ਮੀਨ ਲੋਕਾਂ ਤੋਂ ਦੂਰੀ ਬਣਾ ਕੇ ਰੱਖੀ ਸੀ? ਦੂਰੀ ਫੁੱਟ ਦੀ ਬਣਾ ਕੇ ਐ ਮੰਡੀਰ ਖੜਦੀ। ਲੋਕਾਂ ਨੇ ਦੂਰ ਰਹਿਣੀ ਆ, ਤੈਨੂੰ ਆਉਂਦਾ ਕਿਉਂ ਨਹੀਂ? ਜੋ ਤੁਹਾਡਾ ਤਰੀਕਾ ਨਾ ਬਾਈ, ਬਹੁਤ ਗਲਤ ਆ। ਬੜੀ ਮਜ਼ਾਕ ਮਜ਼ਾਕ ਮਸਤੀਆਂ ਜੋਕਸ। ਅੱਛਾ ਸੌਰੀ, ਵਰਡਸ ਬੈਕ। ਮੈਨੂੰ ਇੱਕ ਗੱਲ ਸੀਰੀਅਸਲੀ ਦੱਸੋ, ਤੁਸੀਂ ਹਰ ਰੋਜ਼ ਹੱਥ ਧੋਨੇ ਹੋ? ਇਹ ਡਿਪੈਂਡ ਆਨ ਦਾ ਮੂਡ ਨਹੀਂ। ਓ ਭਰਾਵਾ, ਇਹ ਮੂਡ ਤੇ ਡਿਪੈਂਡ ਨਹੀਂ ਹੋਣਾ ਚਾਹੀਦਾ। ਜੇ ਕਰੋਨਾ ਕੋਵਿਡ-19 ਤੋਂ, ਤੁਸੀਂ ਵੀ ਸੁਣ ਲਓ ਸਾਰੇ, ਜੇ ਉਹ ਤੋਂ ਬਚਣਾ ਚਾਹੁੰਦੇ ਹੋ ਹੱਥ ਆਪਣੇ ਚੰਗੀ ਤਰ੍ਹਾਂ ਧੋਵੋ ਤੇ ਪੂਰੇ 20 ਸੈਕਿੰਡ ਤੁਸੀਂ ਹੱਥ ਧੋਣੇ ਆ, 20 ਸੈਕਿੰਡ। ਤੇ ਮੈਨੂੰ ਇੱਕ ਗੱਲ ਹੋਰ, ਪਹਿਲਾਂ ਨਾ ਯਾਰ ਤੂੰ ਹੱਥ ਸੈਨੇਟਾਈਜ਼ ਕਰ, ਆਪਣੇ ਹੱਥ ਗੰਦੇ ਆ ਤੇਰੇ, ਮੈਨੂੰ ਲੱਗਦਾ ਉਹ ਸੈਨੇਟਾਈਜ਼ ਕਰ। ਦੱਸ ਮੈਨੂੰ ਕਿੱਥੇ ਆਈ ਨਹੀਂ? ਉਹ ਇੱਥੇ ਪਿਆ ਹੋਣਾ, ਉਧਰ ਦੇਖ, ਉਧਰ। ਦੱਸ ਮੈਨੂੰ ਕਿੱਥੇ ਆਈ ਨਹੀਂ? ਇੱਧਰ ਨੂੰ ਦੇਖ ਫਿਰ। ਦੱਸ ਮੈਨੂੰ ਕਿੱਥੇ ਆਈ ਨਹੀਂ? ਓਹ, ਮੇਰੀ ਜੇਬ 'ਚ ਹੀ ਆ। ਜੋਕਿੰਗ, ਆਈ ਲੈ ਉਹ ਕਰ ਲਿਆ ਸੈਨੇਟਾਈਜ਼, ਸੈਨੇਟਾਈਜ਼ਰ ਜੇਬ 'ਚ ਰੱਖਿਆ ਕਰੋ ਹਮੇਸ਼ਾ। ਤੇ ਮੈਨੂੰ ਹੁਣ ਇਹ ਦੱਸ ਭਰਾਵਾ ਕਿ ਤੈਨੂੰ ਕੁਛ ਸਿੰਪਟਮਸ ਲਾਈਕ ਬੁਖਾਰ ਹੈਗਾ ਜਾਂ ਫਿਰ ਤੇਰੀ ਬੋਡੀ ਪੇਨ ਕਰਦੀ ਹੋਵੇ? ਲੱਤ ਚੱਲਦੀ ਨਾ ਪਹਾੜ, ਲੱਤ ਚੱਲਦੀ ਨਾ ਪਹਾੜ। ਉਹ ਦੇਖ ਭਰਾਵਾ, ਇੱਕ ਤਾਂ ਤੈਨੂੰ ਸੁੱਕੀ ਖਾਂਸੀ, ਉੱਤੋਂ ਤੇਰੀ ਟਰੈਵਲ ਹਿਸਟਰੀ, ਤੇ ਉੱਤੋਂ ਤੂੰ ਹੱਥ ਨਹੀਂ ਧੋਂਦਾ, ਉੱਤੋਂ ਤੇਰੀ ਲੱਤ ਭਾਰ ਨਹੀਂ ਚੱਲ ਰਹੀ, ਤੇਰਾ ਇਲਾਜ ਕਰਨਾ ਬਣਦਾ ਹੁਣ ਇੱਥੇ। ਮੈਨੂੰ ਦੱਸ ਹੁਣ ਮੈਂ ਤੈਨੂੰ ਘੋਲ ਕੇ ਪੀਣ ਵਾਲੀ ਦਵਾਈ ਦਵਾਂ ਜਾਂ ਸਿੱਧਾ ਟੀਕਾ ਲਾਵਾਂ? ਆਪਾਂ ਨੂੰ ਅਜੇ ਤੱਕ ਇਹ ਚੀਜ਼ ਦੀ ਲੋੜ ਨਹੀਂ ਪਈ। ਉਹ ਦੇਖ ਭਰਾਵਾ, ਜੇ ਤੂੰ ਪ੍ਰੀਕੋਸ਼ਨਸ ਨਹੀਂ ਲਏਗਾ, ਮੈਂ ਕਹਿੰਦਾ ਤੂੰ ਨਹੀਂ, ਕੋਈ ਵੀ ਜਿਹੜਾ ਵੀਡੀਓ ਦੇਖ ਰਿਹਾ ਪ੍ਰੀਕੋਸ਼ਨਸ ਨਹੀਂ ਲਊਗਾ ਤਾਂ ਉਹ ਕਰੋਨਾ ਵਾਇਰਸ ਕੋਵਿਡ-19 ਦਾ ਸ਼ਿਕਾਰ ਹੋ ਜਾਊਗਾ। ਭੁੱਲ ਜਾਓ, ਇਹ ਦਿਨ ਕਦੇ ਨਹੀਂ ਆਉਣਾ, ਤੁਸੀਂ ਭੁੱਲ ਜਾਓ, ਇਹ ਦਿਨ ਕਦੇ ਨਹੀਂ ਆਉਣਾ। ਲੈ ਭੁੱਲ ਜਾਓ, ਪਤਾ ਨਹੀਂ ਤੁਹਾਨੂੰ ਨਾ, ਜਿਹੜੇ ਫਿਟ ਲੋਕ ਨੇ, ਯੰਗ ਲੋਕ ਨੇ, ਉਹਨਾਂ ਨੂੰ ਲੱਗਦਾ ਸਾਡਾ ਇਮਿਊਨ ਸਿਸਟਮ ਬਹੁਤ ਸਟਰੋਂਗ ਆ, ਅਸੀਂ ਇੰਡੀਅਨ, ਅਸੀਂ ਮਸਾਲੇ ਖਾਂਦੇ ਹਾਂ, ਪਤਾ ਨਹੀਂ ਸਾਨੂੰ ਕਰੋਨਾ ਵਾਇਰਸ ਨਹੀਂ ਹੋਣਾ, ਦੁਨੀਆ ਨੂੰ ਹਜੂ, ਸਾਨੂੰ ਨਹੀਂ ਹੋਣਾ। ਨਹੀਂ ਤੁਹਾਨੂੰ ਕਿਉਂ ਨਹੀਂ ਹੋਣਾ? ਚੱਲ ਮੰਨ ਲਿਆ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਆ, ਲੇਕਿਨ ਤੁਸੀਂ ਘਰੇ ਜਾਓਗੇ, ਘਰੇ ਬਜ਼ੁਰਗ ਤਾਂ ਹੈ, ਉਹ ਤਾਂ ਨਹੀਂ ਝੱਲ ਪਾਉਣਗੇ, ਤਾਂ ਉਹਨਾਂ ਦਾ ਧਿਆਨ ਰੱਖਦੇ ਹੋਏ ਪ੍ਰੀਕੋਸ਼ਨਸ ਲੈਣੇ ਬਹੁਤ ਜ਼ਰੂਰੀ ਨੇ। ਤੇ ਮੈਨੂੰ ਪੱਕਾ ਯਕੀਨ ਆ ਤੁਸੀਂ ਬਹੁਤ ਜ਼ਿਆਦਾ ਬਾਹਰ ਘੁੰਮਦੇ ਸੀ, ਬਾਹਰ ਨਿਕਲੇ ਸੀ ਨਾ ਤੁਸੀਂ? ਆਪਾਂ ਹੈਗੇ ਜੀ ਮਰਜ਼ੀ ਦੇ ਮਾਲਕ। ਓ ਭਰਾਵਾ, ਹੁਣ ਆਪਣੀ ਮਰਜ਼ੀ ਨਹੀਂ ਚੱਲਣੀ, ਹੁਣ ਮਰਜ਼ੀ ਚੱਲੀ ਆ ਇੰਡੀਅਨ ਗੌਰਮੈਂਟ ਦੀ। ਉਹਨਾਂ ਨੇ ਰੂਲ ਪਾਸ ਕਰਤਾ, ਜੇ ਕੋਈ ਬਾਹਰ ਦਿਖਦਾ ਨਾ ਤਾਂ ਉਹਨੂੰ ਫਿਰ ਚੱਕ ਲਓ, ਤੇ ਜੇ ਕੋਈ ਵੀ ਗਲੀ ਦੇ ਮੋੜ ਤੇ ਜਾਂ ਕਿਤੇ ਵੀ 4-5 ਦਾ ਗਰੁੱਪ ਬਣਾ ਕੇ ਖੜਦਾ ਤਾਂ ਉਹਨੂੰ ਵੀ ਚੱਕ ਲਓ। ਜੇ ਤੁਸੀਂ ਹਜੇ ਵੀ ਨਾ ਸਮਝੇ ਨਾ ਤਾਂ ਤੁਹਾਡਾ ਹਾਲ ਉਹਦੇ ਵਰਗਾ ਹੋਣਾ, ਗੁੰਦੇ ਵਰਗਾ, ਜਿਹੜਾ ਯਾਰੀ ਨਹੀਂ ਨਿਭਾ ਕੇ ਗਿਆ। ਨਹੀਂ ਆਉਂਦਾ ਗੁੰਦੇ ਯਾਰੀ, ਯਾਰ ਇੱਧਰ ਆਇਆ, ਨਹੀਂ ਆਉਂਦਾ ਗੁੰਦੇ ਯਾਰ। ਚੱਲ ਮਜ਼ਾਕ ਮਸਤੀ ਬਾਅਦ ਚੋਂ, ਹੁਣ ਭਰਾਵਾ ਤੇਰਾ ਆਪਾਂ ਇਲਾਜ ਕਰਦੇ ਹਾਂ, ਟ੍ਰੀਟਮੈਂਟ ਕਰਦੇ ਹਾਂ ਤੇਰਾ। ਤੇ ਮੈਨੂੰ ਇਹ ਦੱਸ ਹੁਣ ਤੂੰ ਦਵਾਈ ਲੈਣੀ ਜਾਂ ਟੀਕਾ? ਅੱਜ ਮੇਰਾ ਦਿਲ ਨਹੀਂ ਕਰਦਾ।
ਦਿਲ ਤਾਂ ਤੇਰਾ ਭਰਾਵਾ ਕਰੂ ਲਾਵਾ ਪੁਲਿਸ ਨੂੰ ਫੋਨ ਪੁਲਿਸ ਤੋਂ ਚੰਗਾ ਤੂੰ ਗੋਲੀ ਮਾਰ ਦੇ ਉਹ ਚੱਲ ਭਰਾਵਾ ਨਹੀਂ ਬੁਲਾਉਂਦੇ ਪੁਲਿਸ ਨੂੰ ਹੁਣ ਲਿਆ ਟੀਕਾ ਲਾਈਏ ਤੇਰਾ ਆਪਣਾ ਹੀ ਟੀਕਾ ਯਾਰ ਤੇਰੇ ਲਾਉਂਦੇ ਆ ਟੀਕਾ ਸੂਈ ਕਿੱਥੇ ਰਹਿ ਗਈ ਹਾਂ ਮੈਨੂੰ ਤਾਂ ਹੋਰ ਘਬਰਾਹਟ ਜਿਉਣ ਲੱਗ ਜਾਂਦੇ ਕੁਛ ਨਹੀਂ ਹੁੰਦਾ ਭਰਾਵਾ ਐਡੀ ਕਿ ਤਾਂ ਸੂਈ ਆ ਐਂ ਲਾ ਦੇਣੀ ਆ ਐਵੇਂ ਡਰੀ ਜਾਂਦਾ ਤੂੰ ਤਾਂ ਟਿੱਬਿਆਂ ਦਾ ਪੋਤਾ ਨਾਲੇ ਕੋਈ ਨਾ ਕੋਈ ਨਾ ਆ ਪੁੱਤ ਕੁਛ ਨੀ ਹੁੰਦਾ ਮੈਂ ਨਾ ਕਿਸੇ ਨੂੰ ਨੀ ਦੱਸਦਾ ਵੀ ਤੇਰਾ ਨਿਕਲ ਗਿਆ ਸੀ ਤੂੰ ਇਹ ਦੱਸ ਟੀਕਾ ਕਿੱਥੇ ਲਾਵਾਂ ਮੈਂ ਦੱਸ ਕਿੱਥੇ ਲਾਉਣਾ ਟੀਕਾ ਪਿੱਠ ਪਿੱਛੇ ਚੱਲ ਘੁੰਮ ਜਾ ਲਿਆ ਵੀ ਟੀਕਾ ਫਰਕ ਆ ਬ੍ਰੈਡ ਪੀਸਾਂ 'ਚ ਫਰਕ ਤਾਂ ਮੈਨੂੰ ਤਾਂ ਕੋਈ ਨਹੀਂ ਲੱਗਦਾ ਹੈਗਾ ਜੀ ਪਰ ਉਹ ਹੈਗਾ ਫਰਕ ਬਾਈ ਇਧਰ ਵਾਲਾ ਵੱਡਾ ਇਧਰ ਵਾਲਾ ਛੋਟਾ ਫਰਕ ਹੈ ਛੋਟਾ ਵੱਡਾ ਪਰਖੀ ਦਾ ਨਹੀਂ ਹੋ ਯਾਰੀ ਜੀ ਲੈ ਫਿਰ ਯਾਰੀ ਦੇ ਨਾਮ ਤੇ ਆਪਾਂ ਪਰਖਣਾ ਹੀ ਨਹੀਂ ਹੈਗਾ ਲਾਦਾ ਫਿਰ ਟੀਕਾ ਡਰਦਾ ਤਾਂ ਨਹੀਂ ਤੂੰ ਮੇਰੇ ਚਿਹਰੇ ਤੇ ਕੰਫੀਡੈਂਸ ਤੇ ਕੰਫੀਡੈਂਸ ਹੁਣ ਦੇਖੀ ਕੰਫੀਡੈਂਸ ਆ ਚੱਕ ਫਿਰ ਹੋਰ ਕਿਵੇਂ ਆ ਫਿਰ ਭਰਾਵੋ ਡਾਕਟਰ ਵੀ ਦਿਲ ਦਾ ਨਹੀਂ ਮਾੜਾ ਅਸੀਂ ਤਾਂ ਆਪ ਸੌ ਨਹੀਂ ਪਾ ਰਹੇ ਮਰੀਜ਼ਾਂ ਕਰਕੇ ਤੁਸੀਂ ਬਾਹਰ ਨਹੀਂ ਨਿਕਲੋਗੇ ਤਾਂ ਹੀ ਇਹ ਕੰਟਰੋਲ ਹੋਣਾ ਤਾਂ ਮੈਂ ਸਾਰਿਆਂ ਨੂੰ ਕਹਿੰਦਾ ਸਟੇ ਹੈਲਦੀ ਸਟੇ ਐਟ ਹੋਮ ਤੁਸੀਂ ਘਰ ਰੁਕੋਗੇ ਤਾਂ ਹੀ ਇਹ ਚੀਜ਼ ਰੁਕ ਪਾਊਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਯਾਨੀ ਅਮਨ ਔਜਲਾ ਵੱਲੋਂ ਅਤੇ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕੋਮੈਂਟ ਕਰਕੇ ਜ਼ਰੂਰ ਦੱਸੋ ਅਤੇ ਲਾਈਕ ਵਾਲਾ ਬਟਨ ਨਾ ਯਾਰ ਤੋੜ ਦਿਉ ਅਤੇ ਬੈਸਟ ਪਾਰਟ ਕਿਹੜਾ ਲੱਗਿਆ ਉਹ ਕੋਮੈਂਟ ਵੀ ਕਰ ਦਿਓ ਸੱਚ ਤੁਸੀਂ ਕਮੈਂਟ ਕਰਕੇ ਦੱਸ ਦਿਓ ਵੀ ਨੈਕਸਟ ਸਿੰਗਰ ਕਿਹਦਾ ਆਪਾਂ ਟ੍ਰੀਟਮੈਂਟ ਕਰੀਏ ਠੀਕ ਹੈ ਜੀ ਥੈਂਕ ਯੂ ਸੋ ਮੱਚ ਓਕੇ ਉਹ ਸੱਚ ਕਿੱਦਾਂ ਵੀਰੇ वीडियो की स्टार्टिंग और एंडिंग थे लेके पूरे में एंटरटेनमेंट ही एंटरटेनमेंट था और आपको वीडियो कैसी लगी कमेंट में जरूर बताना बाकी उन्होंने बोली दी है लाइक शेयर सब्सक्राइब को तो करना ही करना है और अगर आप मुझे बताओगे कि कमेंट में कि मैं अगली वीडियो किस पर रिएक्ट करूँ तो मैं उस पर भी कर दूँगा क्योंकि पीछे मेरे सब्सक्राइबर्स ने बोला था कि अमन औजला पे रिएक्ट करो तो मैंने कर दिया आपके सामने ही हूँ तो अगली वीडियो में बताना कि किस पर करूँ मिलते हैं अगली वीडियो में आपको वीडियो कैसी लगी शेयर जरूर करना तो अगली वीडियो में मिलेंगे ऑलवेज योर टेक केयर ऑलवेज योर वेल विशर्स साहिल वर्मा बाय 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 बाय